ਅਸਲਾਮ ਵਾਲੇਕਮ। ਸੁਬਹਾ ਦਾ ਟਾਈਮ ਆ ਅਤੇ ਅਸੀਂ ਕੰਮ ਵਗੈਰਾ ਕਰਕੇ ਹਟੇ ਹਾਂ। ਅੱਜ ਕੂਲਰ ਜਿਹੜਾ ਨਾ ਅੰਦਰੋਂ ਕੱਢਿਆ ਅਤੇ ਇਹਤੇ ਘੱਟਾ ਬਹੁਤ ਪਿਆ ਸੀ। ਨੇਰੀਆਂ ਨੂਰੀਆਂ ਚੱਲਦੀਆਂ ਨੇ ਇਹਨਾਂ ਤਰੈਸ਼ਰਾਂ ਦਾ, ਅਤੇ ਇਹਨੂੰ ਇੱਕ ਦਫ਼ਾ ਧੋ ਲੈਂਦੇ ਹੋਇਆ ਪੁਰਾਣਾ ਹੀ ਆ, ਅਤੇ ਫਿਰ ਇੱਕ ਦਫ਼ਾ ਧੋ ਕੇ ਫਿਰ ਇਹਨੂੰ ਚਾਲੂ ਕਰਦੇ ਹਾਂ ਨਾ, ਫਿਰ ਨਾ ਫਿਰ ਸਹੀ ਚਾਲੂ ਕਰਕੇ ਦੇਖਦੇ ਹਾਂ ਨਾ ਕੀ ਬੋਲਦਾ। ਪੈਪ ਲੈ ਕੇ ਆਈ ਅੰਦਰੋਂ, ਇਹਨੂੰ ਇੱਕ ਦਫ਼ਾ ਧੋ ਲੈਂਦੇ ਹਾਂ, ਘੱਟਾ ਬਹੁਤ ਪਿਆ ਉੱਤੇ। ਪਿਛਲੀ ਦਫ਼ਾ ਵੀ ਇਹਦੇ ਵਿੱਚ ਨਾ ਨੀਚੇ ਵਾਲੀ ਸਾਈਡ 'ਤੇ ਸੁਰਾਖ ਹੋ ਗਏ ਸੀ, ਦੇਖ ਦਿਓ, ਅਤੇ ਪਾਣੀ ਲੀਕ ਕਰਦਾ ਸੀ, ਅਤੇ ਫਿਰ ਲਿਆ ਕੇ ਅਤੇ ਰੰਗ ਰੋਗਨ ਮਾਰਿਆ, ਅਤੇ ਫਿਰ ਪਿਛਲੀ ਦਫ਼ਾ ਚਲਾਉਂਦੇ ਰਹੇ, ਅਤੇ ਇਸ ਦਫ਼ਾ ਫਿਰ ਇਹਨੂੰ ਦੇਖਦੇ ਹਾਂ ਟਰਾਈ ਕਰਕੇ। ਪਲੇਟ ਵੀ ਲਿਆਂਦੀ ਇਹਨੇ, ਇੱਕ ਦਫ਼ਾ ਧੋ ਨਾ ਲਈ ਉੱਤੋਂ, ਪੈਪ ਲਾਉਂਦੇ ਇਹਨੂੰ ਧੋ ਲੈਂਦੇ, ਘੱਟਾ ਬਹੁਤ ਪਿਆ ਹੈ ਨਾ। ਕੀ ਤਾਰ ਟੁੱਕੀ ਗਈ ਸੀ ਕਿ ਉਦਾਂ ਹੀ ਲੱਥ ਗਿਆ ਸੀ ਜੋੜ? ਵੱਟ ਪੈ ਜਾਂਦਾ ਉੱਥੇ, ਟੁੱਟ ਜਾਂਦੀ ਆ, ਭਾਰੀ ਆ, ਸਿੱਧੀ ਹੋਵੇ ਨਾ ਹੈ ਨਾ, ਜਿੱਥੇ ਵਾਲ ਪੈ ਜਾਵੇ ਉੱਥੇ ਹੀ ਫਿਰ ਉਹ ਗਲ ਜਾਂਦੀ ਆ। ਚੱਲ ਮੈਂ ਪੈਪ ਲਾਵਾਂ, ਪੈਪ ਵੀ ਇੱਦਾਂ ਨਹੀਂ ਲੱਗਣਾ। ਹੋ ਗਿਆ ਓ ਲਾ ਕੇ ਜੰਗ ਲੱਗ ਗਿਆ ਸੀ ਹੈ ਨਾ, ਬੁੱਢਾ ਹੋ ਗਿਆ ਜਰਾ ਕੇ, ਪੰਜਵਾਂ ਛੇਵਾਂ ਸਾਲ ਆ ਹੈ ਨਾ, ਪੱਤਰੀ ਵੀ ਪਤਲੀ ਹੁੰਦੀ ਆ। ਅਤੇ ਪਿਛਲੀ ਤੋਂ ਪਿਛਲੀ ਦਫ਼ਾ ਕਹਿੰਦੇ ਸੀ ਬਸ ਇਸ ਸਾਲ ਹੀ ਗਰਮੀਆਂ ਹੀ ਕੱਢਣੀਆਂ, ਫਿਰ ਨਵਾਂ ਲਿਆਉਣਾ ਪੈਣਾ, ਫਿਰ ਗਰਮੀਆਂ ਆਉਂਦੀਆਂ ਫਿਰ ਮੈਨੂੰ ਵਿਚਾਰੇ ਨੂੰ ਚਾਲੂ ਕਰ ਲਈਦਾ। ਇਸ ਦਫ਼ਾ ਨਹੀਂ, ਉਮੀਦ ਵੀ ਕੱਢੂਗਾ ਗਰਮੀਆਂ। ਹਾਂ ਇਹ ਤਾਂ ਗੱਲ ਹੈ। ਜੀ ਚੱਲ ਜਲਦੀ ਕਰ ਲਓ, ਅੱਜ ਮੈਨੂੰ ਕੰਮ ਵੀ ਬਹੁਤ ਆ ਅਤੇ ਗਰਮੀ ਵੀ ਬਹੁਤ ਹੋਣੀ।
ਦਾ ਨਾ ਇੱਥੇ ਪਾਣ ਕਰ ਇੱਥੇ ਪਾਈ ਦਾ ਥੱਲੇ ਪਾਈ ਆ ਤੂੰ ਵੀ ਨਹੀਂ ਆਨੇ ਕਰ ਨਲਕੇ ਤੇ ਲਾ ਨਲਕੇ ਤੇ ਹਾਂ ਥੋੜਾ ਜਿਹਾ ਪਾਣੀ ਮਾਰ ਥੋੜਾ ਜਿਹਾ ਪਾਣੀ ਮਾਰ ਜਾਂ ਬਾਲਟੀ ਨਹੀਂ ਨਲਕੇ ਤੇ ਆ ਜਾ ਹਾਂ
ਮੈਂ ਤਾਂ ਕਹਿੰਦਾ ਨਹੀਂ ਜਾਂਦੀ ਵਾ।